ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਤੇ ਸ਼ਾਮ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਕਾਰਵਾਈ ਦੀ ਗੱਲ ਕਰਾਂਗੇ ਅਮਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਨਕੋਦਰ ਤੋਂ ਮੋਗਾ ਰੋਡ ਦੇ ਉੱਪਰ ਇੱਕ ਘਰ ਦੇ ਵਿੱਚੋਂ ਪਹਿਲਾਂ ਨਜ਼ਰਬੰਦ ਕੀਤਾ ਗਿਆ ਸੀ ਬਾਅਦ ਵਿੱਚ ਡਿਟੇਨ ਕਰ ਲਿਆ ਗਿਆ ਹਾਲਾਂਕਿ ਕਿਉਂ ਹਿਰਾਸਤ ਦੇ ਵਿੱਚ ਲਿਆ ਇਸ ਸਬੰਧੀ ਹਲੇ ਤੱਕ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿਸ ਆਧਾਰ ਦੇ ਉੱਪਰ ਇਹ ਕਾਰਵਾਈ ਹੋਈ ਹੈ ਜਾਂ ਫਿਰ ਕਿਹੜਾ ਮਾਮਲਾ ਅਮਰਿਤਪਾਲ ਸਿੰਘ ਦੇ ਖਿਲਾਫ ਦਰਜ ਕੀਤਾ ਗਿਆ ਪੰਜਾਬ ਪੁਲਿਸ ਨੇ ਇਸ ਸਬੰਧੀ ਕੋਈ ਵੀ ਹਲੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਫਿਲਹਾਲ ਅਮਰਿਤਪਾਲ ਸਿੰਘ ਨੂੰ ਜਿਹੜਾ ਹੈ ਅੱਜ ਡਿਟੇਨ ਕਰ ਲਿਆ ਗਿਆ ਦਰਸਲ ਇਹ ਸਾਰਾ ਮਾਮਲਾ ਜਿਹੜਾ ਹੁੰਦਾ ਸਵੇਰ ਤੋਂ ਹੀ ਘਟਨਾਕਰਮ ਪੰਜਾਬ ਦੇ ਵਿੱਚ ਵਾਪਰਨਾ ਹੋ ਜਾਂਦਾ ਤਕਰੀਬਨ 9:30 ਦੇ ਕਰੀਬ ਇਹ ਕਾਰਵਾਈ ਹੁੰਦੀ ਹੈ ਪੰਜਾਬ ਪੁਲਿਸ ਅਮਰਿਤਪਾਲ ਸਿੰਘ ਦੀ ਪਾਲ ਦੇ ਵਿੱਚ ਥਾਂ ਥਾਂ ਦੇ ਉੱਪਰ ਛਾਪੇਮਾਰੀ ਕਰ ਰਹੀ ਹੁੰਦੀ ਹੈ ਤਾਂ ਜਿਵੇਂ ਹੀ ਰਾਮਪੁਰਾ ਫੂਲ ਤੋਂ ਅਮਰਿਤਪਾਲ ਸਿੰਘ ਆਪਣੇ ਜਥੇ ਦੇ ਨਾਲ ਨਿਕਲਦੇ ਨੇ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਤਾਂ ਰਸਤੇ ਦੇ ਵਿੱਚ ਪਿੰਡ ਤੋਂ ਬਾਹਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਨਾਕਾਬੰਦੀ ਕੀਤੀ ਹੁੰਦੀ ਹੈ ਇਸ ਨਾਕਾਬੰਦੀ ਦੇ ਦੌਰਾਨ ਜਦੋਂ ਅਮਰਿਤਪਾਲ ਸਿੰਘ ਇਸ ਪੁਲਿਸ ਦਾ ਪੈਰਾ ਦੇਖਦਾ ਤਾਂ ਉੱਥੋਂ ਉਹ ਵਾਪਸ ਮੁੜ ਜਾਂਦੇ ਨੇ ਕਿ ਉਹ ਸੋਚਦਾ ਹੈ ਕਿ ਮੇਰੇ ਖਿਲਾਫ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਗੱਡੀ ਦਾ ਯੂਟਰਨ ਲਿਆ ਜਾਂਦਾ ਜਿਵੇਂ ਹੀ ਯੂਟਰਨ ਵੱਜਦਾ ਤੇ ਨਾਲ ਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਗੱਡੀ ਦਾ ਪਿੱਛਾ ਕਰਨ ਦੇ ਲਈ ਅਮਰਿਤਪਾਲ ਦੇ ਪਿੱਛੇ-ਪਿੱਛੇ ਲੱਗ ਜਾਂਦੇ ਨੇ ਇੱਕ ਵੀਡੀਓ ਵੀ ਸਾਹਮਣੇ ਆਉਂਦਾ ਅਮਰਿਤਪਾਲ ਦਾ ਜਿਸ ਦੇ ਵਿੱਚ ਉਹਨਾਂ ਦੇ ਸਾਥੀ ਕਹਿ ਰਿਹਾ ਕਿ ਪੰਜਾਬ ਪੁਲਿਸ ਸਾਡੇ ਮਗਰ ਲੱਗੀ ਹੋਈ ਹੈ ਯਾਨੀ ਕਿ ਹਾਈਵੇ ਤੋਂ ਲਿੰਕ ਰੋਡ ਦੇ ਉੱਪਰ ਵੀ ਪੰਜਾਬ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਫਿਰ ਜਦੋਂ ਉਥੋਂ ਰਾਮਪੁਰਾ ਫੂਲ ਤੋਂ ਫਿਰ ਸ਼ਾਹਕੋਟ ਰੋਡ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਸ਼ਾਹਕੋਟ ਦੇ ਵਿੱਚ ਲਿੰਕ ਰੋਡ ਦੇ ਉੱਪਰ ਚੜਦੇ ਆ ਨਕੌਦਰ ਤੋਂ ਫਿਰ ਜਦੋਂ ਮੋਗਾ ਜਾ ਰਹੇ ਹੁੰਦੇ ਆ ਤਾਂ ਉੱਥੇ ਪੁਲਿਸ ਇਹਨਾਂ ਨੂੰ ਡੇਟੇਨ ਕਰ ਲੈਂਦੀ ਹੈ ਪਹਿਲਾਂ ਡੇਟੇਨਿੰਗ ਡੇਟੇਨ ਤੋਂ ਪਹਿਲਾਂ ਇੱਕ ਘਰ ਦੇ ਵਿੱਚ ਇਹਨਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਅਮਰਿਤਪਾਲ ਸਿੰਘ ਨੂੰ ਫਿਰ ਉਸ ਤੋਂ ਬਾਅਦ ਡੇਟੇਨ ਕਰ ਲਿਆ ਜਾਂਦਾ ਦਰਸਲ ਇਹ ਪੂਰਾ ਘਟਨਾਕ੍ਰਮ ਹੈ ਕੀ ਹੈ ਕਿਉਂ ਕਾਰਵਾਈ ਕੀਤੀ ਗਈ ਹੈ ਇਸ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਕਿ ਅਮਰਿਤਪਾਲ ਸਿੰਘ ਦੇ ਉੱਪਰ ਪੰਜਾਬ ਪੁਲਿਸ ਨੇ ਕਿਹੜਾ ਮਾਮਲਾ ਦਰਜ ਕੀਤਾ ਹੈ ਅਮਰਿਤਪਾਲ ਸਿੰਘ ਦੀ ਜੋ ਹਿਰਾਸਤ ਦੇ ਵਿੱਚ ਲੈ ਜਾਣ ਤੋਂ ਪਹਿਲਾਂ ਜਾਂ ਉਹਨਾਂ ਦੇ ਖਿਲਾਫ ਜੋ ਕਾਰਵਾਈਆਂ ਕੀਤੀਆਂ ਗਈਆਂ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਨੂੰਨ ਵਿਵਸਥਾ ਨਾ ਵਿਗੜ ਜਾਵੇ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਵਾਇਰਲ ਨਾ ਹੋ ਜਾਣ ਇਸ ਸਬੰਧੀ ਪੰਜਾਬ ਪੁਲਿਸ ਨੇ ਇੰਟਰਨੈਟ ਸੇਵਾਵਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦੇ ਅੰਦਰ ਰੋਕ ਲਗਾ ਦਿੱਤੀ ਗਈ ਸੀ ਪੰਜਾਬ ਦੇ ਵਿੱਚ ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਗਈਆਂ ਸੀ ਤਾਂ ਐਤਵਾਰ ਦੁਪਹਿਰ 12 ਵਜੇ ਤੱਕ ਜੋ ਆਰਡਰ ਜਾਰੀ ਨੇ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਮੋਬਾਈਲ ਇੰਟਰਨੈਟ ਬੰਦ ਰਹੇਗਾ ਐਸਐਮਐਸ ਕਿਸੇ ਵੀ ਤਰ੍ਹਾਂ ਦਾ ਨਹੀਂ ਭੇਜਿਆ ਜਾ ਸਕੇਗਾ ਤਾਂ ਹੁਣ ਇਸ ਦੇ ਪੰਜਾਬ ਆਪ ਦੇ ਗ੍ਰਹਿ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਨੇ ਹੁਕਮ ਜਾਰੀ ਕੀਤੇ ਆ ਔਰ ਗ੍ਰਹਿ ਵਿਭਾਗ ਦੇ ਸਖਤਰ ਜਿਹੜੇ ਅਨੁਰਾਗ ਵਰਮਾ ਆ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਨੈਟ ਬੰਦ ਰਹੇਗਾ ਜੇਕਰ ਮਾਹੌਲ ਜ਼ਿਆਦਾ ਵਿਗੜ ਜਾਂਦਾ ਹੈ ਜਾਂ ਫਿਰ ਉਸ ਨੂੰ ਫਿਰ ਹੋਰ ਵਧਾਇਆ ਜਾ ਸਕਦਾ ਇਸ ਬੰਦੀ ਨੂੰ ਜੋ ਨੈੱਟ ਬੰਦੀ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਜੇਕਰ ਮਾਹੌਲ ਸ਼ਾਂਤ ਹੋ ਜਾਂਦਾ ਤਾਂ ਨੈੱਟ ਪਹਿਲਾਂ ਹੀ ਸ਼ੁਰੂ ਕੀਤਾ ਜਾ ਸਕਦਾ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਸੀ ਕਿ 19 ਮਾਰਚ ਯਾਨੀ ਕਿ ਕੱਲ ਤੋਂ ਖਾਲਸਾ ਵਹੀਰ ਪੜਾ ਦੂਸਰਾ ਸ਼ੁਰੂ ਕੀਤਾ ਜਾਣਾ ਤਾਂ ਇਸ ਪੜਾ ਦੇ ਵਿੱਚ ਵਕ ਵਕ ਥਾਮਾ ਦੇ ਉੱਪਰ ਅੰਮ੍ਰਿਤਪਾਲ ਸਿੰਘ ਜਾ ਰਹੇ ਹੁੰਦੇ ਪਰ ਇਸ ਮਰਤਕਾਂ ਦੇ ਨਾਲ ਮਿਲ ਰਹੇ ਹੁੰਦੇ ਜਿਸ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਦਰਸਲ ਜੋ ਖਾਲਸਾ ਵਹੀਰ ਪੜਾ ਟੂ ਦੂਸਰਾ ਪਾਗ ਸ਼ੁਰੂ ਹੋਣਾ ਹੈ ਤਾਂ ਉਸ ਦੇ ਵਿੱਚ 9 ਮਾਰਚ ਨੂੰ 19 ਮਾਰਚ ਨੂੰ ਇਹ ਜਿਹੜੇ ਆ ਪੜਾ ਸ਼ੁਰੂ ਹੋਵੇਗਾ ਇਸ ਸ਼ੁਰੂਆਤ ਜਿਹੜੀ ਇਸ ਦੀ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੋਂ ਹੋਵੇਗੀ ਤੇ ਵਿਸਾਖੀ ਦੇ ਮੌਕੇ ਦੇ ਉੱਪਰ ਇਹ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਜਾ ਕੇ ਸਮਾਪਤ ਹੋਵੇਗੀ ਤਾਂ ਜੋ ਵਹੀਰ ਐਲਾਨੀ ਗਈ ਹੈ ਪੜਾ ਦੂਸਰਾ ਐਲਾਨਾ ਗਿਆ ਉਸ ਤੋਂ ਬਾਅਦ ਅਮਰਪਾਲ ਸਿੰਘ ਦੇ ਉੱਪਰ ਕਾਰਵਾਈ ਹੋਈ ਹੈ ਉਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੱਕ ਵੱਡਾ ਜਿਹੜੇ ਐਕਸ਼ਨ ਲਿਆ ਗਿਆ ਹੈ ਰਾਜਪੁਰਾ ਦੀ ਸੋਡਾ ਫੈਕਟਰੀ ਸੋਡਾ ਬਣਾਉਣ ਵਾਲੀ ਫੈਕਟਰੀ ਦੇ ਖਿਲਾਫ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਾਰਵਾਈ ਕਰਦੇ ਹੋਏ 1 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਦਰਸਲ ਰਾਜਪੁਰਾ ਦੀ ਇਸ ਫੈਕਟਰੀ ਦੇ ਵਿੱਚ ਜੋ ਸੋਡਾ ਬਣਾਉਂਦੀ ਹੈ 31 ਦਸੰਬਰ ਨੂੰ ਰੇਡ ਕੀਤੀ ਸੀ ਤਾਂ ਰੇਡ ਦੇ ਦੌਰਾਨ ਪਤਾ ਲੱਗਿਆ ਸੀ ਮੁਲਾਜ਼ਮਾਂ ਨੂੰ ਕਿ 6 ਇੰਚ ਚੌੜੀ ਪਾਈਪ ਯਾਨੀ ਕਿ 6 ਇੰਚ ਬੋਰ ਕਰਕੇ 350 ਫੁੱਟ ਹੇਠਾਂ ਧਰਤੀ ਤੋਂ ਪਾਣੀ ਕੱਢਿਆ ਜਾ ਰਿਹਾ ਸੀ ਜਿਸ ਦੇ ਵਰਤੋਂ ਇਸ ਫੈਕਟਰੀ ਦੇ ਅੰਦਰ ਕੀਤੀ ਜਾ ਰਹੀ ਸੀ ਇੰਨੀ ਗਹਿਰਾਈ ਦੇ ਵਿੱਚ ਪਾਣੀ ਦਾ ਬੋਰ ਕਰਕੇ ਔਰ ਇੰਨੇ ਇੰਚ 6 ਇੰਚ ਚੌੜਾ ਪਾਈਪ ਪਾ ਕੇ ਪਾਣੀ ਬਾਹਰ ਕੱਢਿਆ ਜਾ ਰਿਹਾ ਸੀ ਤੇ ਐਨਜੀਟੀ ਦੇ ਆਦੇਸ਼ਾਂ ਦੀ ਜਿਹੜੀ ਹੈ ਜਾਰੀ ਸੀ ਆਦੇਸ਼ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਇਸ ਫੈਕਟਰੀ ਦੇ ਉੱਪਰ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਉਧਰ ਜਲੰਧਰ ਜ਼ਿਲ੍ਹੇ ਦੇ ਵਿੱਚ ਗਨ ਕਲਚਰਲ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਵਿੱਚ 538 ਅਸਲਾ ਲਾਇਸੈਂਸ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਿਆਹ ਦੀ ਤਰੀਕ ਫਾਈਨਲ ਹੋ ਚੁੱਕੀ ਹੈ 25 ਮਾਰਚ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਹੈ ਹਰਜੋਤ ਬੈਂਸ ਤਾਂ ਇਸ ਮਹੀਨੇ 25 ਤਰੀਕ ਨੂੰ ਮਾਰਚ ਮਹੀਨੇ ਦੀ 25 ਤਰੀਕ ਨੂੰ ਪ੍ਰੋਗਰਾਮ ਤੈਅ ਕੀਤਾ ਗਿਆ ਸੀਨੀਅਰ ਆਈਪੀਐਸ ਅਧਿਕਾਰੀ ਜੋ ਜਿਹੜੇ ਜੋਤੀ ਯਾਦਵ ਹੈਗੇ ਉਹਨਾਂ ਦੇ ਨਾਲ ਵਿਆਹ ਹੋਵੇਗਾ ਤੇ ਜਾਣਕਾਰੀ ਜੋ ਮਿਲੀ ਹੈ ਕਿ ਅਨੰਦਪੁਰ ਮਾਫ ਕਰਨਾ ਨੰਗਲ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਅਨੰਦ ਕਾਰਜ ਹੋਣਗੇ ਫਿਲਹਾਲ 5 ਵਜੇ ਤੱਕ ਦੀਆਂ ਇਹਨਾਂ ਖਬਰਾਂ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ